ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ RSP ਇੰਸਟੀਚਿਊਟ 'ਤੇ। ਇਸ ਵੀਡੀਓ ਦੇ ਵਿੱਚ ਜੀ ਤੁਹਾਨੂੰ ਕੁਛ ਅਪਡੇਟਸ ਦਿਆਂਗੇ ETT 6635 23364 ਅਤੇ PSTET ਬਾਰੇ। ਸੋ ਵੀਡੀਓ ਤੁਸੀਂ ਪੂਰੀ ਵੇਖਿਓ ਜੀ, ਜਿਹੜੀਆਂ ਅਪਡੇਟਸ ਆ ਰਹੀਆਂ ਨੇ ਤੁਹਾਨੂੰ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ETT 6635 ਦੀ। ਸੋ ਇਹਦਾ ਪੇਪਰ ਜਿਹੜਾ ਲਿਆ ਜਾਣਾ ਜੀ ETT 6635 ਦਾ 17 ਅਕਤੂਬਰ ਨੂੰ ਇਹਦਾ ਲਿਆ ਜਾਣਾ। ਕੁਛ ਇੱਥੇ ਜਿਹੜੀਆਂ ਨੇ ਕਨਫਿਊਜ਼ਨ ਚੱਲ ਰਹੀਆਂ ਸੀਗੀਆਂ ਕਿ 18 ਅਕਤੂਬਰ ਨੂੰ ਹੋ ਸਕਦਾ ਜਾਂ ਪੇਪਰ ਅੱਗੇ ਐਕਸਟੈਂਡ ਹੋਏਗਾ ਜਾਂ ਨਹੀਂ ਹੋਏਗਾ। ਸੋ ਇਹ ਵਿਭਾਗ ਵੱਲੋਂ ਜਿਹੜਾ ਇੱਥੇ ਕਲੀਅਰ ਕਰ ਦਿੱਤਾ ਗਿਆ ਜੀ, ETT 6635 ਦਾ ਜਿਹੜਾ ਪੇਪਰ ਹੋਣਾ ਲਿਖਤੀ ਪੇਪਰ ਉਹ 17 ਅਕਤੂਬਰ ਨੂੰ ਜਿਹੜਾ ਲਿਆ ਜਾਣਾ ਜੀ। ਸੋ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੇ ਪੇਪਰ ਦੇਣਾ, ਸੋ ਉਹਨਾਂ ਨੂੰ ਉਹ ਆਪਣੀ ਤਿਆਰੀ ਜਾਰੀ ਰੱਖਣ, 17 ਅਕਤੂਬਰ ਨੂੰ ਇਹ ਪੇਪਰ ਲਿਆ ਜਾਊਗਾ। ਅੱਗੇ ਗੱਲ ਕਰ ਲੈਂਦੇ ਹਾਂ ਜੀ ETT 2364 ਦਾ ਹੁਣ ਕੀ ਪ੍ਰੋਸੈਸ ਚੱਲ ਰਿਹਾ। ਸੋ ETT 2364 ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੇ ਸਿੱਖਿਆ ਮੰਤਰੀ ਜਿਹੜੇ ਨਵੇਂ ਬਣੇ ਨੇ ਪ੍ਰਗਟ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਸੀ। ਉਹਨਾਂ ਨੇ ਇਹ ਕਿਹਾ ਸੀਗਾ ਕਿ 1 ਮਹੀਨੇ ਦੇ ਅੰਦਰ ਅੰਦਰ ਜਿਹੜਾ ਇਹ ਰਿਕਰੂਟਮੈਂਟ ਅਤੇ ਜਿਹੜੀਆਂ ਹੋਰ ਪੈਂਡਿੰਗ ਰਿਕਰੂਟਮੈਂਟਸ ਨੇ ਉਹ ਅਸੀਂ ਬਿਲਕੁਲ ਪੂਰੀਆਂ ਕਰਾਂਗੇ। ਸੋ ਇੱਥੇ ਜਿਹੜੇ ਨਵੇਂ ਸਿੱਖਿਆ ਸਕੱਤਰ ਬਣੇ ਨੇ ਜੀ ਅਜੇ ਸ਼ਰਮਾ ਜੀ, ਉਹਨਾਂ ਦਾ ਵੀ ਇੱਕ ਬਿਆਨ ਇੱਥੇ ਜਾਰੀ ਹੋਇਆ ਅਤੇ ਉਹਨਾਂ ਨੇ ਭਰੋਸਾ ਦਵਾਇਆ ਕਿ 1 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਆ ਭਰਤੀ ਅਸੀਂ ਇਹ ਕੰਪਲੀਟ ਕਰਾਂਗੇ। ਸੋ ਜਿਹੜਾ ਇਹਦਾ, ਸੋ ਉਹਨਾਂ ਵੱਲੋਂ ਇਹ ਕਿਹਾ ਗਿਆ ਜੀ ਜਿਹੜਾ ਇਹਦਾ ਪ੍ਰੋਸੈਸ ਹੈ ਉਹ ਆਲਰੇਡੀ ਜਿਹੜਾ ਚੱਲ ਰਿਹਾ ਅਤੇ ਜਲਦੀ ਇਹਦੀ ਜਿਹੜੀ ਅਪਡੇਟ ਹੈ ਉਹ ਜਲਦੀ ਇੱਥੇ ਆਪਾਂ ਨੂੰ ਵੇਖਣ ਨੂੰ ਮਿਲ ਜਾਏਗੀ। ਸੋ ਸਿੱਖਿਆ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਨੇ, ਜਿਹੜੇ ਯੋਗ ਉਮੀਦਵਾਰ ਨੇ, ਘੱਟੋ ਘੱਟ ਉਹਨਾਂ ਦਾ ਪ੍ਰੋਸੈਸ ਨਹੀਂ ਰੁਕਣਾ ਚਾਹੀਦਾ। ਕੇਸ ਲੱਗਿਆ ਹੋਇਆ ਹਾਈਕੋਰਟ ਦੇ ਵਿੱਚ, ਚਲੋ ਆਪਣੀ ਜਗ੍ਹਾ ਹੈ ਅਤੇ ਜਿਹੜਾ ਜੋ ਵੀ ਫੈਸਲਾ ਆਏਗਾ ਉਹ ਬਾਅਦ ਦੀ ਗੱਲ ਹੈ, ਅਤੇ ਜਿਹੜੇ ਯੋਗ ਉਮੀਦਵਾਰ ਨੇ ਉਹਨਾਂ ਦਾ ਪ੍ਰੋਸੈਸ ਇੱਥੇ ਰੁਕਣਾ ਨਹੀਂ ਚਾਹੀਦਾ। ਸੋ ਸਿੱਖਿਆ ਸਕੱਤਰ ਸਾਹਿਬ ਨੇ ਵੀ ਇਹੀ ਜਿਹੜੀ ਗੱਲ ਦੁਹਰਾਈ ਹੈ ਕਿ ਇਹਦਾ ਪ੍ਰੋਸੈਸ ਅਸੀਂ ਬਿਲਕੁਲ ਕੰਪਲੀਟ ਕਰਾਂਗੇ, 1 ਮਹੀਨੇ ਦੇ ਅੰਦਰ ਅੰਦਰ ਇਹ ਭਰਤੀ ਜਿਹੜੀ ਹੈ ਕੰਪਲੀਟ ਕਰਾਂਗੇ। ਤਾਂ ਜਿਹੜੀਆਂ ਹੋਰ ਰਿਕਰੂਟਮੈਂਟਸ ਨੇ ਜੀ ਉਹ ਵੀ ਨਾਲ ਉਹਨਾਂ ਦਾ ਪ੍ਰੋਸੈਸ ਵੀ ਜਿਹੜਾ ਚੱਲ ਰਿਹਾ ਅਤੇ ਉਹ ਵੀ ਜਿਹੜੀ ਭਰਤੀਆਂ ਨੇ ਉਹ ਵੀ ਕੰਪਲੀਟ ਹੋਣਗੀਆਂ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜੀ ਜਿਹੜਾ ਨਵੀਂ ਸਰਕਾਰ ਜਿਹੜੀ ਹੁਣ ਬਣੀ ਹੈ ਅਤੇ 4 ਮਹੀਨੇ ਦਾ ਕੇਵਲ ਕਾਰਜਕਾਲ ਹੈ ਇਹਨਾਂ ਦਾ, ਅਤੇ ਅਗਲੇ ਸਾਲ ਜਿਹੜੀਆਂ ਨੇ ਫਰਵਰੀ ਦੇ ਵਿੱਚ ਵੋਟਾਂ ਨੇ ਅਤੇ ਚੋਣ ਜਾਬਤਾ ਜਿਹੜਾ ਲੱਗਣਾ ਜੀ ਦਸੰਬਰ ਤੱਕ, ਜਿਹੜਾ ਅਖੀਰ ਤੱਕ ਚੋਣ ਜਾਬਤਾ ਲੱਗ ਜਾਏਗਾ। ਸੋ ਉਸ ਤੋਂ ਪਹਿਲਾਂ ਜਿਹੜਾ ਹੈ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਇਹ ਭਰਤੀ ਜਿਹੜੀ ਹੈ ਕੰਪਲੀਟ ਕੀਤੀ ਜਾਵੇ ਜੀ। ਸੋ ਇਹਦੀ ਜੋ ਵੀ ਹੁਣ ਅਪਡੇਟ ਹੋਏਗੀ ਜੀ ਜਲਦੀ ਇਹਦੀ ਜਿਹੜੀ ਆਪਾਂ ਨੂੰ ਵੇਖਣ ਨੂੰ ਮਿਲ ਜਾਏਗੀ ETT 2364 ਬਾਰੇ। ਅਤੇ ਇੱਥੇ ਇੱਕ ਗੱਲ ਇਹ ਵੀ ਦੱਸਣਾ ਚਾਹਾਂਗੀ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਕੂਲ ਲਾਇਬ੍ਰੇਰੀ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਸੀਗੀਆਂ 693, ਉਹਦੇ ਵੀ ਜਿਹੜਾ ਪ੍ਰੋਸੈਸ ਹੈ ਆਫਰ ਲੈਟਰ ਦੇ, ਜਿਹੜੇ ਆਫਰ ਲੈਟਰ ਰਿਗਾਰਡਿੰਗ ਪ੍ਰੋਸੈਸ ਜਿਹੜਾ ਰੁਕਿਆ ਹੋਇਆ ਸੀ, ਸੋ ਆਫਰ ਲੈਟਰ ਉਹਨਾਂ ਨੂੰ ਵੀ ਜਾਰੀ ਕਰ ਦਿੱਤੇ ਗਏ ਨੇ। ਸੋ ਜਿਹੜੀਆਂ ਰਿਕਰੂਟਮੈਂਟਸ ਨੇ ਉਹ ਜਿਹੜੀਆਂ ਫਿਲ ਕੀਤੀਆਂ ਜਾ ਰਹੀਆਂ ਨੇ ਅਤੇ ਜਲਦੀ ਹੁਣ ਆਪਾਂ ਨੂੰ ਜਿਹੜੀ ਹੈ ਇਹ ਵੀ ਰਿਕਰੂਟਮੈਂਟ ਆਪਣੀ ਜਿਹੜੀ ਆ ਕੰਪਲੀਟ ਹੋਏਗੀ। ਸੋ ਇਹਦੀ ਜਿਹੜੀ ਅਪਡੇਟ ਆਪਾਂ ਨੂੰ ਜਲਦੀ ਵੇਖਣ ਨੂੰ ਮਿਲੇਗੀ। ਅੱਗੇ ਗੱਲ ਕਰ ਲੈਣਾ ਜੀ PSTET 2021 ਦੀ। ਸੋ PSTET ਦੀ ਜੀ ਸੰਭਾਵਨਾਵਾਂ ਇੱਥੇ ਜਿਹੜੀਆਂ ਨੇ ਘੱਟ ਹੀ ਨੇ। ਸੋ ਇੱਥੇ ਇੱਕ ਗੱਲ ਅਸੀਂ ਦੱਸਣਾ ਚਾਹਾਂਗੇ, ਜਿਹੜੀ PSTET ਵਾਲੇ ਜਿਹੜੇ ਉਮੀਦਵਾਰ ਨੇ ਉਹ ਆਪਣਾ CTET ਦਾ ਵੀ ਪੇਪਰ ਜਿਹੜਾ ਹੈ ਉਹ ਦੇ ਸਕਦੇ ਨੇ। PSTET ਬਾਰੇ ਜ਼ਿਆਦਾ ਜਿਹੜਾ ਹੈ ਨਿਰਭਰ ਨਾ ਰਹਿਣ PSTET 'ਤੇ, ਕਿਉਂਕਿ ਜਿਹੜਾ ਚੋਣ ਜਾਬਤਾ ਲੱਗਣਾ ਦਸੰਬਰ ਦੇ ਵਿੱਚ ਅਤੇ ਉਦੋਂ ਤੱਕ ਤੋਂ ਉਸ ਤੋਂ ਪਹਿਲਾਂ ਇਹਦੀ ਉਮੀਦਾਂ ਘੱਟ ਨੇ ਕਿ ਇਹ ਪੇਪਰ ਜਿਹੜਾ ਹੋ ਸਕਦਾ। ਸੋ PSTET 'ਤੇ ਨਿਰਭਰ ਨਾ ਰਹਿ ਕੇ ਆਪਾਂ CTET ਦਾ ਪੇਪਰ ਜਿਹੜਾ ਹੈ ਦੇ ਸਕਦੇ ਹਾਂ, ਕਿਉਂਕਿ ਜਿਹੜੇ ਬਾਕੀ ਸਟੇਟਸ ਨੇ ਉੱਥੇ ਅਸੀਂ ਦੇਖ ਸਕਦੇ ਹੋ ਜਿਹੜਾ CTET ਹੈ ਉਹ ਵੈਲਿਡ ਕਰ ਦਿੱਤਾ ਗਿਆ ਜੀ। ਅਤੇ ਨਾਲ ਆਪਣਾ ਜਿਹੜਾ ਗੁਆਂਢੀ ਸੂਬਾ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਉੱਥੇ CTET ਜਿਹੜਾ ਓਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹੜਾ ਹਰਿਆਣਾ ਸਰਕਾਰ ਨੇ ਜਾਰੀ ਕੀਤਾ ਕਿ CTET ਜਿਹੜਾ ਉੱਥੇ ਵੈਲਿਡ ਕਰ ਦਿੱਤਾ ਗਿਆ ਹੈ ਜੀ। ਸੋ ਕਾਫੀ ਸੰਭਾਵਨਾਵਾਂ ਨੇ ਕਿ ਪੰਜਾਬ ਵਿੱਚ ਵੀ ਜਿਹੜਾ ਹੈ ਪੰਜਾਬ ਸਰਕਾਰ CTET ਨੂੰ ਜਿਹੜਾ ਵੈਲਿਡ ਕਰ ਸਕਦੀ ਹੈ। ਸੋ ਜਿਹੜੇ ਉਮੀਦਵਾਰ ਨੇ ਉਹ CTET ਵੱਲ ਵੀ ਜਿਹੜਾ ਧਿਆਨ ਦੇਣ, PSTET 'ਤੇ ਜ਼ਿਆਦਾ ਨਿਰਭਰ ਨਾ ਰਹਿ ਕੇ CTET ਵੀ ਕਲੀਅਰ ਕਰ ਸਕਦੇ ਨੇ। ਸੋ ਇਹ ਸੀਗੀਆਂ ਜੀ ਕੁਛ ਅਪਡੇਟਸ। ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਸਾਡੇ ਯੂਟਿਊਬ ਚੈਨਲ ਨਾਲ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ। ਇਸੇ ਤਰ੍ਹਾਂ ਦੀਆਂ ਅਪਡੇਟਸ ਜੋ ਤੁਹਾਨੂੰ ਰੈਗੂਲਰ ਤੌਰ 'ਤੇ ਦਿੰਦੇ ਰਹਾਂਗੇ। ਸੋ ਵੀਡੀਓ ਵੇਖ ਲਈ ਥੈਂਕ ਯੂ, ਧੰਨਵਾਦ ਜੀ।